हाँ जी मित्रों, की हाल चाल है। स्वागत है थोड़े सारे ना ग्रैंड शॉट दिया एक नवी वीडियो दे विच। बड़े दिन बाद यार आप लेके आ चुके हैं एक होर नवी वीडियो, जिदा कि टाइटल दे विच ते थंबनेल दे विच पढ़े लिया होना कि आज दी जो अपनी वीडियो हैगी आ ओह बाई बेस्ड आ कि आप गेमर X18 दे जो कि जिन्ने भी बाई दे अज तक मॉड बनाए आ, जिदा आह और तुसीं देख सकदे हो 61 ते अपना नोवो होया ते जिन्ने भी आए अज तक बाई वालों ट्रैक्टर आए आ मॉड ते सारे आपां हुण फ्री कर लगे आ। इहदे विच डिस्कलेमर दे विच आपां तुहानूं पहली दस दईए 744 ते सोनालिका भी फ्री हो चुके आ हुण तों, जो कि बाई दे पेड मॉड सी ओह भी हुण तों फ्री दे। ते किदां तुसीं ओह सारे डाउनलोड करदे आ, की प्रोसीजर आ ओह आपां अज दी इस वीडियो दे विच दसणा। जे तुहाने हले तक बई अपने चैनल नूं सबसक्राइब नहीं कीता तां बई कर लो यार सबसक्राइब, अपना 700 सबसक्राइबर दा गोल आ, करवा दो यार पूरा। वीडियो नहीं देखी तां वीडियोज़ भी जाके देखो, ठीक ठाक जी सिनमैटिक आ जांदे आ ते डेली आपां लाइव हुंदे आ ऑलमोस्ट चैनल ते। जिस टाइम तुसीं वीडियो देख रहे हो अज आपां लाइव भी आना। चलो आपां सब तों पहलां तुहानूं दस दिंदे आ कि तुसीं मॉड किदां लै सकदे हो, उदों बाद चों आपां देख रहे हैं। सब तों पहलां बई जो चीज़ां रिक्वायर्ड आ, जो कि एक तां अपना चैनल सबसक्राइब करो, मेरा चैनल करो चाहे ना करो, GameRex18 बाई का चैनल जरूर सबसक्राइब करो बाई का चैनल, क्योंकि बाई ने बहुत मेहनत ला के अपने सारे मॉड बनाए आ। बाई हदों इन्होंने बाई ने हुण तक सिर्फ 2 मॉड जो सी पेड रखे सी, सोनालिका ते 744, बाकी सारे मॉड बाई दे अज तक जिन्हें भी मॉड आए सारे फ्री आ। तो इस करके बाई हुण ओह मॉड भी आपां फ्री करते जिहड़े पेड सी सोनालिका ते। तुसीं बाई का चैनल सबसक्राइब जरूर करो जाके, और आपां मेरा चैनल भी कर लो यार, ते हैप्पी गोल्ड स्मिथ होरां दा भी कर लो, क्योंकि उन्हां बाईआं ने बहुत हैल्प की ते मॉड फ्री करवाण दे विच। जिद्दां हुण थोने बाई लैणे आ मॉड तां तुसीं की करना, थोनू 2 ਸਰਵਰਾਂ ਦਾ ਲਿੰਕ ਮਿਲੂਗਾ, ਡਿਸਕਾਰਡ ਸਰਵਰਾਂ ਦਾ, ਤੁਸੀਂ ਕਿਸੇ ਵੀ ਇੱਕ 'ਤੇ ਜਾ ਕੇ ਕਰ ਸਕਦੇ ਹੋ। ਜਿੱਦਾਂ ਸਭ ਤੋਂ ਪਹਿਲਾਂ ਇਹ ਹੈਗਾ ਹੈਪੀ ਦਾ ਡਿਸਕਾਰਡ ਸਰਵਰ, ਜਦੋਂ ਤੁਸੀਂ ਇਹਦੇ ਵਿੱਚ ਆਓਗੇ ਤਾਂ ਤੁਹਾਡਾ ਉਰੇ ਨਾਮ ਵਗੈਰਾ ਆ ਜੂਗਾ, ਜੇ ਆਲਰੇਡੀ ਜੁਆਇਨ ਹੋ ਤਾਂ ਠੀਕ ਆ, ਅਤੇ ਜੇ ਤੁਸੀਂ ਯਾਨੀ ਹੁਣ ਮੇਰੇ ਦਿੱਤੇ ਹੋਏ ਲਿੰਕ ਤੋਂ ਜੁਆਇਨ ਕਰਦੇ ਪਏ ਹੋ ਤਾਂ ਉਹਦੇ ਵਿੱਚ ਤੁਹਾਨੂੰ ਵੈਰੀਫਾਈ ਵਗੈਰਾ ਹੋਣਾ, ਰੂਲ ਵਗੈਰਾ ਪੜ੍ਹ ਕੇ ਉਦੋਂ ਬਾਅਦ 'ਚੋਂ ਤੁਹਾਨੂੰ ਉਰੇ ਆਉਣਾ ਥੱਲੇ GameRex18 ਮੋਡਸ ਕਰਕੇ ਸੈਕਸ਼ਨ ਹੋਣਾ ਬਾਈ ਦੇ ਚੈਨਲ ਦੇ ਵਿੱਚ, ਅਤੇ ਉਰੇ ਆ ਕੇ ਤੁਸੀਂ ਆਹ ਦੇਖੋ ਮੋਡ ਦੇ ਉਰੇ ਪ੍ਰੋਪਰ ਲਿੰਕ ਪਿਆ, ਤੁਸੀਂ ਉਰੋਂ ਆ ਕੇ ਮੋਡ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਜੋ ਡੈਡਸ਼ੋਟ ਗ੍ਰੈਡਸ਼ੋਟ ਸਰਵਰ ਆ ਅਤੇ ਤੁਸੀਂ ਉਰੇ ਆ ਕੇ ਵੀ ਮੋਡ ਡਾਊਨਲੋਡ ਕਰ ਸਕਦੇ ਹੋ ਆਪਣੇ ਸਰਵਰ ਦੇ ਉੱਤੇ ਆ ਕੇ। ਤੁਹਾਨੂੰ ਇੱਕ ਫਾਇਦਾ ਹੋਣਾ, ਕਿਉਂਕਿ ਉਰੇ ਮੈਂ ਵੀ ਮੋਡਸ ਵਗੈਰਾ ਪਾਉਂਦਾ ਰਹਿੰਦਾ ਆਪਣੇ, ਜੋ ਮੈਨੂੰ ਵਧੀਆ ਮੋਡ ਲੱਗਦਾ, ਜਾਂ ਜੇ ਕੋਈ ਆਪਾਂ ਸਬ ਗੋਲ ਵਗੈਰਾ ਰੱਖਿਆ ਹੁੰਦਾ ਜੇ ਆਪਾਂ ਉਹਦੇ ਉੱਤੇ ਮੋਡਸ ਲੈ ਕੇ ਆਉਂਦੇ ਹਾਂ, ਜਾਂ ਜਿੱਦਾਂ ਮੈਂ ਕਈ ਫਾਈਲਸ ਯੂਜ ਕਰਦਾ ਮੈਂ ਉਰੇ ਆਪਦੀ ਫਾਈਲਸ ਪਾ ਦਿੰਦਾ, ਜਾਂ ਮੋਡਸ ਦੇ ਉਰੇ ਤੁਹਾਨੂੰ ਜਲਦੀ ਤੋਂ ਪ੍ਰੀਵਿਊ ਵੀ ਦੇਖਣ ਨੂੰ ਮਿਲ ਜਾਣਗੇ, ਤਾਂ ਤੁਸੀਂ ਉਰੇ ਆ ਕੇ ਵੀ ਇਸ ਲਿੰਕ ਤੋਂ ਸੇਮ ਲਿੰਕ ਆ, ਚਾਹੇ ਉੱਥੇ ਜਾ ਕੇ ਕਰੋ ਚਾਹੇ ਉਰੋਂ ਐਡ ਕਰੋ, ਤਾਂ ਤੁਸੀਂ ਲਿੰਕ 'ਤੇ ਇੱਦਾਂ ਕਲਿੱਕ ਕਰਨਾ ਅਤੇ ਇਹ ਤੁਹਾਡੀ ਗੂਗਲ ਡਰਾਈਵ ਖੁੱਲ੍ਹ ਜਾਣੀ। ਗੂਗਲ ਡਰਾਈਵ ਜਦੋਂ ਤੁਸੀਂ ਖੁੱਲ੍ਹ ਗਈ ਤਾਂ ਬਾਈ ਇਹ ਪਏ ਆ ਸਾਰੇ ਮੋਡ, ਇਹ ਮੋਡਾਂ ਦੇ ਬਾਈ ਨੇਮ ਆ, ਤੁਸੀਂ ਉਰੇ ਵੀ ਜੇ ਤੁਹਾਡੇ ਪ੍ਰੀਵਿਊ ਐਜ਼ ਅ ਪ੍ਰੀਵਿਊ ਤੁਸੀਂ ਦੇਖਣੇ ਆ ਤਾਂ ਬਾਈ ਦੇ ਚੈਨਲ 'ਤੇ ਵੀਡੀਓਜ਼ ਵੀ ਪਈਆਂ ਨੇ, ਵੀਡੀਓਜ਼ ਨੂੰ ਜਾ ਕੇ ਦੇਖੋ, ਲਾਈਕ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਨਾਲ। ਆਹ ਦੇਖੋ ਵੀ ਆਲਮੋਸਟ ਸਾਰੇ ਆ ਮੋਡ, ਹੌਲੀ ਗ੍ਰੇ ਮੋਡ ਵੀ ਆ ਅਤੇ GameRex18 ਆ, ਅੱਜ ਤੱਕ ਜਿੰਨੇ ਵੀ ਟਰੈਕਟਰ ਆਏ ਆ ਵੀਰੋ ਪੰਜਾਬੀ ਕਮਿਊਨਿਟੀ ਵੱਲੋਂ ਉਹ ਸਾਰੇ ਦੇਖਣ ਨੂੰ ਵੀ ਮਿਲ ਜਾਣਗੇ, ਜਾ ਕੇ ਸਪੋਰਟ ਦਿਖਾਓ ਦੋ ਚੈਨਲ ਦਾ, ਅਤੇ ਮੋਡੋ ਦੇ ਚੈਨਲ ਦਾ ਵੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਇਹ ਹੈਗਾ V8 ਫਾਰਮਜ਼ਕ ਲੋਗੋ, ਇਹ ਜੀਪ ਆ ਅਤੇ ਇਹ 850 ਆ ਗਏ 2, ਇਹ 744 ਤਿੰਨੇ, ਜੋ 3 ਆਏ ਸੀ GameRex ਵੱਲੋਂ, 3 ਅਡਲਟ ਇਹ ਨੋਰਮਲ ਵਾਲਾ, ਇਹ ਹੈਗਾ 4-wheel ਡਰਾਈਵ, ਇਹ ਹੈਗਾ ਸਪੈਸ਼ਲ ਐਡੀਸ਼ਨ ਜੋ ਪਹਿਲੀ ਵਾਰੀ ਗੇਮ ਵਿੱਚ ਸਭ ਤੋਂ ਮੋਡੀਫਾਈਡ ਜੋ ਵਹੀਕਲ ਆਇਆ ਸੀ 744 ਇਹ ਉਹ ਆ। ਉਦੋਂ ਬਾਅਦ 'ਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ 53-10, 385, 3630, 265 DI ਵਗੈਰਾ ਸਾਰੇ, 855 X4, ਇਹ 855 ਦੀ ਸਪੈਸ਼ਲ ਐਡੀਸ਼ਨ ਆਇਆ ਸੀ ਉਹ, ਅਤੇ ਫੋਰਡ ਜੋ ਕਿ ਤੁਸੀਂ ਬਸ ਆ ਕੇ ਡਾਊਨਲੋਡ ਕਰਕੇ ਦੇਖ ਲਓ ਕਿਹੜਾ, ਇਹ ਸੀ ਬਾਈ ਆਪਣਾ ਸੋਨਾਲੀਕਾ, ਅਤੇ ਇਹ ਵੀ ਹੁਣ ਆਪਾਂ ਫ੍ਰੀ ਦੇ ਵਿੱਚ ਰੱਖਤਾ। ਚਲੋ ਹੁਣ ਉਰੇ ਬਾਕੀ ਸਾਰੇ ਮੋਡਸ ਪਏ ਆ, ਅਤੇ ਜਦੋਂ ਤੁਹਾਨੂੰ ਡਾਊਨਲੋਡ ਕਰਨੇ ਆ ਤਾਂ ਤੁਹਾਨੂੰ ਸਿੰਗਲ ਸਿੰਗਲ ਕਰਕੇ ਇੱਦਾਂ ਡਾਊਨਲੋਡ ਕਰਨੇ ਪੈਣੇ ਆ। ਬਾਈ ਦੀ ਮੇਲ ਆ, ਮੇਲ ਨਾ ਪਬਲਿਕ, ਅਤੇ ਆਪਣੇ ਸ਼ੋ ਕਰਤੀ ਆ ਤੁਹਾਡੇ ਕੋਲ ਹੋ ਜਾਣਗੀਆਂ, ਤਾਂ ਤੁਸੀਂ ਉਰੇ ਇੱਦਾਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਕੱਲਾ ਇਕੱਲਾ ਮੋਡ ਬਾਈ ਸਾਰੇ ਫ੍ਰੀ ਆ, ਬਸ ਬਾਈ ਕਿਸੇ ਨੂੰ ਅੱਗੇ ਮੋਡ ਤੁਸੀਂ ਸ਼ੇਅਰ ਨਾ ਕਰਿਓ, ਅਤੇ ਜੇ ਕਰਨੇ ਵੀ ਆ ਗਏ ਕੋਈ ਛੋਟੇ ਦਿਮਾਗ ਦਾ ਤਾਂ ਤੁਸੀਂ ਸਰਵਰਾਂ ਦਾ ਲਿੰਕ ਅਤੇ ਬਾਈ ਦੇ ਚੈਨਲ ਦਾ ਲਿੰਕ ਦੇ ਦਿਓ, ਅਤੇ ਜਾਂ ਫਿਰ ਆਪਣੀ ਵੀਡੀਓ ਦਾ ਲਿੰਕ ਵੀ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਤੁਹਾਡੀ ਮਰਜ਼ੀ ਆ। ਅਤੇ ਬਸ ਅਤੇ ਹੁਣ ਆਪਾਂ ਗੇਮ ਖੋਲ੍ਹ ਕੇ ਤੁਹਾਨੂੰ ਦਿਖਾ ਦਿੰਦਾ ਕਿ ਐਕਚੁਅਲ ਵਿੱਚ ਇਹ ਹੈ ਕਿਵੇਂ ਜਿਹਾ, ਤਾਂ ਚਲੋ ਆਪਾਂ ਚੱਲ ਰਹੇ ਗੇਮ ਦੇ ਵਿੱਚ, ਤੁਹਾਨੂੰ ਸਾਰੇ ਵਹੀਕਲ ਆਪਾਂ ਜਿੰਨੇ ਵੀ ਹੈਗੇ ਆ
ਜੋ ਸਪੈਸ਼ਲ ਐਡੀਸ਼ਨ ਆ ਸੋਨਾ ਲਿਪਾ ਅਤੇ 744 ਆਪਾਂ ਤੁਹਾਨੂੰ ਸਪੋਨ ਕਰਕੇ ਰੱਖਾਂਗੇ ਜਿਹੇ ਇਹ ਹੈਗੇ ਆ। ਅਤੇ ਚਲੋ ਉਹਨਾਂ ਚਿਰ ਆਪਾਂ ਚੱਲਦੇ ਹਾਂ ਗੇਮ ਵਿੱਚ, ਆਪਣੀ ਗੇਮ ਜਿਹੜੀ ਪਈ ਹੈ। ਹਾਂਜੀ ਮਿੱਤਰੋ, ਆਪਾਂ ਆ ਚੁੱਕੇ ਹਾਂ ਹੁਣ ਗੇਮ ਦੇ ਵਿੱਚ। ਚਲੋ ਆਪਾਂ ਚੱਲਦੇ ਹਾਂ ਥੱਲੇ ਜਾ ਕੇ ਦੇਖਦੇ ਹਾਂ ਕੀ ਬਣਦਾ ਘਰ ਦਾ ਇੰਟੀਰੀਅਰ, ਦੱਸੋ ਤੁਹਾਨੂੰ ਕਿੱਦਾਂ ਲੱਗਦਾ ਪਿਆ। ਤਾਂ ਓਕੇ ਗਾਈਸ, ਆਪਾਂ ਆ ਚੁੱਕੇ ਹਾਂ ਬਾਹਰ। ਆਪਾਂ ਤੁਹਾਨੂੰ ਵਿਖਾਉਂਦੇ ਹਾਂ ਕਿ ਆਖਿਰ ਕਿੱਦਾਂ ਦੇ ਜੋ ਟਰੈਕਟਰ ਆ ਉਹ ਹੈਗੇ ਆ। ਚਲੋ ਸਭ ਤੋਂ ਪਹਿਲਾਂ ਆਪਾਂ ਜੋ ਹੈਗਾ ਸਪੋਨ ਕਰ ਲੈਂਦੇ ਹਾਂ ਆਪਣਾ 744। ਸਭ ਤੋਂ ਪਹਿਲਾਂ 744 'ਤੇ ਸਪੋਨ ਕਰਦੇ ਹਾਂ, ਅਤੇ ਜਿਸ ਦਾ ਸਪੋਨ ਨੇਮ ਹੈਗਾ 744X18। ਇਹ ਆ ਬਾਈ ਗੇਮਰ X18 ਦਾ ਪਹਿਲਾ ਮੋਡੀਫਾਈਡ ਮੋਡ, ਜੋ ਕਿ ਕਿਸੇ ਗੇਮ ਵਾਸਤੇ ਜਾਂ ਕਿਸੇ ਵੀ ਚੀਜ਼ ਵਾਸਤੇ ਆਇਆ ਸੀ ਇਹ ਹੈਗਾ। ਆਪਾਂ ਇਸ ਨੂੰ ਤਾਂ ਕਿਉਂਕਿ ਇਹ ਮੈਨਿਊ ਦੇ ਵਿੱਚੋਂ ਹੀ ਮੋਡੀਫਾਈ ਹੋ ਜਾਂਦਾ, ਤਾਂ ਤੁਹਾਨੂੰ ਪਹਿਲਾਂ ਤਾਂ ਇਹ ਕਰਕੇ ਦਿਖਾਉਂਦੇ ਹਾਂ। ਆਹ ਦੇਖੋ ਇਹ ਇੱਦਾਂ ਦਾ ਸਪੋਨ ਹੋ ਕੇ ਹੋ ਜਾਂਦਾ। ਅਤੇ ਇਹ ਸੀ ਜੋ ਪਹਿਲਾਂ ਗੇਮਰ X18 ਵੱਲੋਂ ਮੋਡ ਆਇਆ ਸੀ, ਕਿ ਲਿਟਰਲੀ ਮੇਰਾ ਫੇਵਰੇਟ ਮੋਡ ਆ ਇਹ ਅਤੇ ਸੋਨਾਲੀਕਾ, ਇਹ ਦੋ ਹੀ 855। ਇਹ ਸੀ ਸਭ ਤੋਂ ਪਹਿਲਾਂ ਮੋਡ ਜੋ ਕਿ ਗੇਮਰ X18 ਵੱਲੋਂ ਆਇਆ ਸੀ। ਹੁਣ ਆਪਾਂ ਕਰਦੇ ਹਾਂ ਬਾਈ ਸੋਨਾਲੀਕਾ ਸਪੋਨ। ਤਾਂ ਚਲੋ ਸੋਨਾਲੀਕਾ ਕਰਦੇ ਹਾਂ ਸਪੋਨ, ਅਤੇ ਫਿਰ ਚੱਲਦੇ ਹਾਂ। ਤਾਂ ਸੋਨਾਲੀਕਾ ਜੋ ਹੈਗਾ ਉਸਦਾ ਸਪੋਨ ਨੇਮ ਵੀਰ ਹੈਗਾ GT86। ਉਸਦਾ ਸਪੋਨ ਨੇਮ ਆ GT86। ਦੱਸ ਦਿੰਦੇ ਤੁਸੀਂ ਮੇਨ ਟ੍ਰੇਨਰ ਨਾਲ ਇਸ ਨੂੰ ਕਿੱਦਾਂ ਮੋਡੀਫਾਈ ਕਰ ਸਕਦੇ ਹੋ। ਉਸ ਤੋਂ ਪਹਿਲਾਂ ਤੁਸੀਂ ਜੋ ਹੈਗਾ ਸਟੋਕ ਵੀਲ ਕਰ ਲੈਣੇ ਆ, ਅਤੇ ਨਹੀਂ ਇਹ ਗੜਬੜ ਕਰ ਦਿੰਦਾ। ਅਤੇ ਵੀਲ ਇਹਦੇ ਪੇਂਟੇਬਲ ਆ ਪ੍ਰੋਪਰ, ਤੁਸੀਂ ਕਿਸੇ ਵੀ ਕਲਰ ਦੇ ਵਿੱਚ ਵੀਲ ਪੇਂਟ ਕਰ ਸਕਦੇ ਹੋ। ਕੈਂਟਰੀ ਜੋ ਹੈਗਾ ਇਹਦੇ ਸਪੋਇਲਰ ਦੇ ਵਿੱਚ ਵੀ ਹੈਗੇ ਆ ਸਪੀਕਰ, ਅਤੇ ਤੁਸੀਂ ਇਹਦੇ ਸਾਰੇ ਕੋਈ ਵੀ ਸਪੀਕਰ ਚੇਂਜ ਕਰ ਸਕਦੇ ਹੋ ਵਿਦਆਊਟ ਸਪੀਕਰ, ਅਤੇ ਜਿੱਦਾਂ ਵੀ ਤੁਹਾਨੂੰ ਰੱਖਣੇ ਆ ਜੋ ਵੀ ਸਪੀਕਰ ਤੁਹਾਨੂੰ ਪਸੰਦ ਆ ਤੁਸੀਂ ਉਹ ਰੱਖ ਸਕਦੇ ਹੋ। ਉਸ ਤੋਂ ਬਾਅਦ 'ਚ ਜੋ ਇਹਦਾ ਨੈਕਸਟ ਹੈਗਾ ਉਹਦੇ ਵਿੱਚ ਇਹਦੇ ਆਉਂਦਾ ਜੋ ਅੱਗੇ ਬੰਪਰ ਲੱਗਿਆ ਹੋਇਆ ਉਹ ਇਹਦੇ ਵਿੱਚ ਇੱਕੋ ਬੰਪਰ, ਅਤੇ ਤਾਂ ਕਰਕੇ ਉਹ ਆ ਜਾਂਦਾ। ਸਕਿੱਟ ਦੇ ਵਿੱਚ ਇਹਦਾ ਹੈਗਾ ਡੰਡਾ ਜੋ ਕਿ ਆਉਂਦਾ ਸਕਿੱਟ ਦੇ ਵਿੱਚ। ਐਗਜ਼ੌਸਟ ਦੇ ਵਿੱਚ ਇਹਦੇ ਆ ਜਾਂਦੇ ਆਪਣੇ ਸਲੈਂਸਰ, ਅਤੇ ਇਹਦੇ ਵਿੱਚ ਕਿਉਂਕਿ ਦੋ ਸਲੈਂਸਰ ਦੀ ਸਪੋਰਟ ਆ ਤਾਂ ਕਰਕੇ ਇਹ ਦੋ ਸਾਈਲੈਂਸਰ ਆ ਜਾਂਦੇ ਆ, ਜੋ ਤੁਹਾਨੂੰ ਪਸੰਦ ਲੱਗੇ ਤੁਸੀਂ ਉਹ ਰੱਖ ਸਕਦੇ ਹੋ। ਉਹਦੇ ਵਿੱਚ ਇਹਦੀ ਆ ਜਾਂਦੀ ਹੈ ਛਤਰੀ, ਤਾਂ ਦੇਖੋ ਦੋ ਤਰ੍ਹਾਂ ਦੀ ਛਤਰੀ ਨੇ ਇਹਦੇ ਵਿੱਚ, ਅਤੇ ਇਹਨਾਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਇਹਦਾ ਜੋ ਪ੍ਰਾਇਮਰੀ ਕਲਰ ਹੈਗਾ ਬਲੂ, ਤਾਂ ਮੈਕਸੀਮਮ ਚੀਜ਼ਾਂ ਜਿੰਨੀਆਂ ਵੀ ਇਹਦੇ ਵਿੱਚ ਕਵਰ ਹੁੰਦੀਆਂ ਸੀ ਉਹ ਆਪਾਂ ਕਰ ਦਿੱਤੀ ਇਸ ਵੀਡੀਓ ਦੇ ਵਿੱਚ ਕਵਰ। ਜੇ ਤੁਹਾਨੂੰ ਇਹਦੀ ਇੰਸਟਾਲੇਸ਼ਨ ਵਗੈਰਾ ਚਾਹੀਦੀ ਆ, ਇਹਦੀ ਵੀਡੀਓ ਚਾਹੀਦੀ ਆ, ਤੁਸੀਂ ਉਹ ਵੀ ਦੱਸ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ, ਅੱਜ ਦੀ ਵੀਡੀਓ ਦੇ ਵਿੱਚ ਇੰਨੀ ਸੀ, ਅਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਲਾਈਵ ਸਟ੍ਰੀਮ ਜਾਂ ਫਿਰ ਕਿਸੇ ਸਿਨਮੈਟਿਕ ਵੀਡੀਓ ਦੇ ਨਾਲ। ਤੁਸੀਂ ਗੇਮ ਪਲੇ ਦੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਆਪਾਂ ਉਹ ਵੀ ਪਾ ਸਕਦੇ ਹਾਂ।